ਓਮ ਇਨਕਲੇਵ ਦੇ ਵਾਸੀ ਨਗਰ ਕੌਂਸਲ ਖਰੜ ਤੋਂ ਪਰੇਸ਼ਾਨ ਨੇ ਕਿਉਂਕਿ ਕਲੋਨੀ ਦੇ ਵਿੱਚ ਨਗਰ ਕੌਂਸਲ ਨੇ ਥਾਂ ਥਾਂ ਦੇ ਉੱਤੇ ਖੱਡੇ ਪੁੱਟ ਦਿੱਤੇ ਨੇ ਜਿਸ ਦੀ ਵਜ੍ਹਾ ਕਰਕੇ ਥਾਂ ਥਾਂ 'ਤੇ ਪਾਣੀ ਖੜ੍ਹ ਗਿਆ ਹੈ। ਇਸ ਪਾਣੀ ਕਰਕੇ ਕਈ ਇਮਾਰਤਾਂ ਦੇ ਡਿੱਗਣ ਦਾ ਖਤਰਾ ਬਣ ਗਿਆ ਹੈ। ਲੋਕ ਪਰੇਸ਼ਾਨ ਨੇ ਕਿਉਂਕਿ ਇਹਨਾਂ ਖੱਡੀਆਂ ਕਰਕੇ ਉਹਨਾਂ ਦਾ ਜਿਉਣਾ ਮੁਹਾਲ ਹੋ ਚੁੱਕਿਆ ਹੈ। ਅਸੀਂ ਨਕੋਦਰ ਗਏ ਸੀ ਮੱਥਾ ਟੇਕਣ ਅਤੇ ਉੱਥੇ ਉਸ ਤੋਂ ਬਾਅਦ ਘਰ ਆਏ ਅਤੇ ਘਰ ਆ ਕੇ ਦੇਖਿਆ ਤਾਂ ਸਾਡਾ ਸਾਰਾ ਬੈੱਡ ਤੱਕ ਡੁੱਬੇ ਹੋਏ ਸੀ ਪਾਣੀ ਦੇ ਵਿੱਚ। ਅਸੀਂ ਹੁਣ ਇੰਨੇ ਦਿਨ ਹੋ ਗਏ ਸੁਕਾ ਰਹੇ ਹਾਂ, ਨਹੀਂ ਪਾਣੀ, ਇੰਨੀ ਸਮੈਲ ਆ ਰਹੀ, ਅੰਦਰ ਨਹੀਂ ਵੜਿਆ ਜਾ ਰਿਹਾ। ਤੁਸੀਂ ਜਾ ਕੇ ਦੇਖੋ, 2 ਮਿੰਟ, ਬਹੁਤ ਨੁਕਸਾਨ ਹੋਇਆ ਸਾਡਾ। ਜ਼ਿੰਮੇਦਾਰ ਅਸੀਂ ਇੰਨੇ ਦਿਨ ਹੋ ਗਏ ਜੀ ਕੰਮ ਕਰਦੇ, ਘਰ ਦੇ ਰੋਜ਼ ਕੱਪੜੇ ਧੋਂਦੇ, ਹੁਣ ਸਾਨੂੰ ਪਾਣੀ ਦੀ ਵੀ ਤੰਗੀ ਹੋ ਰਹੀ ਹੈ। ਪਾਣੀ ਨਹੀਂ ਹੁੰਦਾ, ਹੁਣ ਟੈਂਕਰ ਮੰਗਵਾਇਆ, ਸਾਨੂੰ ਇੰਨਾ ਤਕਲੀਫ ਹੋ ਰਹੀ, ਸਾਨੂੰ ਮੇਰੇ ਤੋਂ ਕੰਮ ਨਹੀਂ ਹੁੰਦਾ, ਮੈਂ ਬਿਮਾਰ ਹੈਗੀ ਹਾਂ। ਮੇਰੇ ਤੋਂ ਹੁੰਦਾ ਬੱਚੇ 2 ਜਣੇ ਆ, ਹੁਣ ਬੇਟਾ, ਇੱਕ ਬੇਟਾ ਇਕੱਲਾ ਨਹੀਂ ਕਰਦਾ, ਬੇਟੀ ਹੁਣ ਇਕੱਲੀ ਕੱਪੜੇ ਧੋ ਰਹੀ ਮੇਰੀ, ਉਹਨੂੰ ਜਾ ਕੇ ਦੇਖੋ, ਇੰਨੇ ਅੰਦਰ ਕਿਤੇ ਜਾ ਬੜੇ ਨਹੀਂ ਜਾ ਰਹੇ, ਇੰਨੀ ਸਮੈਲ ਆ ਰਹੀ, ਪੋਟੀ ਤੱਕ ਅੰਦਰ ਆਈ ਹੋਈ ਸੀ ਸਾਡੇ ਘਰ, ਇੰਨਾ ਗੰਦਾ ਹਾਲ ਹੋਇਆ ਪਿਆ। ਲੋਕਾਂ ਨੂੰ ਪਰੇਸ਼ਾਨ ਦੇਖ ਕੇ ਭਾਜਪਾ ਆਗੂ ਵਿਨੀਤ ਜੋਸ਼ੀ ਵੀ ਮੌਕੇ ਦੇ ਉੱਤੇ ਪਹੁੰਚੇ ਨੇ, ਜਿਹੜੇ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਨਗਰ ਕੌਂਸਲ ਦੇ ਕਰਨ ਦਾ ਹੁੰਦਾ ਹੈ ਉਹ ਕੰਮ ਉਹਨਾਂ ਤੋਂ ਕੀਤਾ ਨਹੀਂ ਜਾ ਰਿਹਾ ਅਤੇ ਜੋ ਕੰਮ ਨਹੀਂ ਕਰਨਾ ਹੁੰਦਾ ਉਹ ਕੰਮ ਨਗਰ ਕੌਂਸਲ ਕਰਨ ਲੱਗ ਜਾਂਦੀ ਹੈ। ਖਰੜ ਦੀ ਮਿਊਨਸਪੈਲਿਟੀ ਕਦੀ ਕਿਸੇ ਸਮੱਸਿਆ ਨੂੰ ਜਲਦ ਠੀਕ ਨਹੀਂ ਕਰਦੀ, ਚਾਹੇ ਉਹ ਪਾਣੀ ਦੀ ਪ੍ਰੋਬਲਮ ਹੋਵੇ, ਚਾਹੇ ਉਹ ਸੀਵਰੇਜ ਦੀ ਪ੍ਰੋਬਲਮ ਹੋਵੇ, ਚਾਹੇ ਟੁੱਟੀ ਸੜਕਾਂ ਦੀ ਪ੍ਰੋਬਲਮ ਹੋਵੇ, ਕਿਸੇ ਪ੍ਰੋਬਲਮ ਨੂੰ ਵਾਰ ਵਾਰ ਫੋਲੋਅਪ ਕਰਨ ਦੇ ਬਾਵਜੂਦ ਵੀ ਪੂਰੀ ਨਹੀਂ ਕਰਦੀ। ਆਮ ਜਨਤਾ ਦੀ ਗੱਲ ਛੱਡੋ, ਜਿੱਥੇ ਖੜੀ ਹੈ, ਜੇ ਸਿਆਸੀ ਪਾਰਟੀ ਦੇ ਲੀਡਰ ਵੀ ਫੋਲੋਅਪ ਕਰਦੇ ਤਾਂ ਵੀ ਨਹੀਂ ਕਰਦੀ, ਜਿਹੜੇ ਪਾਰਸ਼ਦ ਹੈ ਉਹਨਾਂ ਦੀ ਗੱਲ ਵੀ ਨਹੀਂ ਸੁਣਦੀ। ਔਰ ਹੈਰਾਨੀ ਦੀ ਗੱਲ ਇਹ ਹੈ, ਇਹ ਦੇਖੋ, ਇਹ ਕੱਲ੍ਹ ਜਿਹੜਾ ਹੈਗਾ ਖਰੜ ਮਿਊਨਸਪੈਲਿਟੀ ਨੇ ਇਸ ਓਮ ਇਨਕਲੇਵ ਦੇ ਵਸਨੀਕਾਂ ਦੇ ਬਿਨਾਂ ਕਹੇ ਇੱਥੇ ਜਿਹੜਾ ਕੰਮ ਸ਼ੁਰੂ ਕੀਤਾ। ਹੁਣ ਜਦ ਇਹ ਕੰਮ ਇੱਥੇ ਪਟਪਟਾ ਹੋ ਗਿਆ, JCB ਲੱਗਿਆ, ਖੱਡੇ ਪੱਟੇ ਗਏ, ਇਹ ਪਾਣੀ ਦੀ ਪਾਈਪ ਦੇਖੋ, ਇੱਕ ਮਿੰਟ ਦੇਖੋ ਧਿਆਨ ਨਾਲ, ਇਹ ਪਾਣੀ ਦੀ ਪਾਈਪ ਹੈ, ਇਹ ਦੇਖੋ ਪਾਣੀ ਦੀ ਪਾਈਪ, ਦੇਖ ਇਹ ਪਾਣੀ ਦੀ ਪਾਈਪ ਹੈ, ਧਿਆਨ ਨਾਲ ਦੇਖੋਗੇ ਇਹ ਲੀਕ ਹੋ ਰਹੀ ਹੈ, ਇਹ ਫਰੈਸ਼ ਵਾਟਰ ਪਾਈਪ ਹੈ। ਕੱਲ੍ਹ JCB ਨੇ ਇਹ ਪਾਈਪ ਵੀ ਤੋੜਤੀ, ਇਹ ਪਾਈਪ ਤੋੜੀ ਅਤੇ ਇਸ ਇਲਾਕੇ ਦੇ ਫਲੈਟਾਂ ਨੂੰ ਪਾਣੀ ਮਿਲਣਾ ਬੰਦ ਹੋ ਗਿਆ, ਫਲੈਟਾਂ ਨੂੰ ਪਾਣੀ ਮਿਲਣਾ ਬੰਦ ਹੋ ਗਿਆ ਅਤੇ ਬਾਅਦ 'ਚ ਇਹਨਾਂ ਨੇ ਪਾਈਪ ਜੋੜੀ, ਪਾਈਪ ਜੋੜ ਕੇ ਪਾਣੀ ਜਿਹੜਾ ਹੈਗਾ ਰਿਸਟੋਰ ਕੀਤਾ। ਹੁਣ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਖਰੜ ਮਿਊਨਸਪੈਲਿਟੀ ਨੂੰ ਪੁੱਛਦੇ ਹਾਂ ਵੀ ਤੁਸੀਂ ਇੱਥੇ ਕੰਮ ਕਿਉਂ ਕਰ ਰਹੇ ਹੋ, ਇਹ ਪਵਨ ਮਨੋਚਾ ਜੀ ਸਾਡੇ ਮੀਤ ਪ੍ਰਧਾਨ ਨੇ ਭਾਜਪਾ ਦੇ, ਇਹਨਾਂ ਨੇ ਗੱਲ ਕੀਤੀ, ਉਹ ਕਹਿੰਦਾ ਮੈਨੂੰ ਪਤਾ ਨਹੀਂ ਕੰਮ ਕੌਣ ਕਰ ਰਿਹਾ। ਦੁੱਖ ਦੀ ਗੱਲ ਇਹ ਹੈ ਕਿ ਜਦ ਅਸੀਂ ਕਹਿੰਦੇ ਹਾਂ ਤਦ ਆਉਂਦੇ ਨਹੀਂ, ਔਰ ਜਦ ਆਏ ਹੈ ਤਾਂ ਇੱਥੇ ਕਿੰਨਾ ਵੱਡਾ ਨੁਕਸਾਨ ਕਰਕੇ ਗਏ। ਫਿਲਹਾਲ ਵਿਨੀਤ ਜੋਸ਼ੀ ਅਤੇ ਕਲੋਨੀ ਦੇ ਵਾਸੀਆਂ ਨੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਲੋਕ ਚੈਨ ਦੀ ਜ਼ਿੰਦਗੀ ਜਿਉਂ ਸਕਣ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਓਮ ਇਨਕਲੇਵ ਦੇ ਵਾਸੀ ਨਗਰ ਕੌਂਸਲ ਖਰੜ ਤੋਂ ਪਰੇਸ਼ਾਨ ਨੇ ਕਿਉਂਕਿ ਕਲੋਨੀ ਦੇ ਵਿੱਚ ਨਗਰ ਕੌਂਸਲ ਨੇ ਥਾਂ ਥਾਂ ਦੇ ਉੱਤੇ ਖੱਡੇ ਪੁੱਟ ਦਿੱਤੇ ਨੇ ਜਿਸ ਦੀ ਵਜ੍ਹਾ ਕਰਕੇ ਥਾਂ ਥਾਂ 'ਤੇ ਪਾਣੀ ਖੜ੍ਹ ਗਿਆ ਹੈ। ਇਸ ਪਾਣੀ ਕਰਕੇ ਕਈ ਇਮਾਰਤਾਂ ਦੇ ਡਿੱਗਣ ਦਾ ਖਤਰਾ ਬਣ ਗਿਆ ਹੈ। ਲੋਕ ਪਰੇਸ਼ਾਨ ਨੇ ਕਿਉਂਕਿ ਇਹਨਾਂ ਖੱਡੀਆਂ ਕਰਕੇ ਉਹਨਾਂ ਦਾ ਜਿਉਣਾ ਮੁਹਾਲ ਹੋ ਚੁੱਕਿਆ ਹੈ। ਅਸੀਂ ਨਕੋਦਰ ਗਏ ਸੀ ਮੱਥਾ ਟੇਕਣ ਅਤੇ ਉੱਥੇ ਉਸ ਤੋਂ ਬਾਅਦ ਘਰ ਆਏ ਅਤੇ ਘਰ ਆ ਕੇ ਦੇਖਿਆ ਤਾਂ ਸਾਡਾ ਸਾਰਾ ਬੈੱਡ ਤੱਕ ਡੁੱਬੇ ਹੋਏ ਸੀ ਪਾਣੀ ਦੇ ਵਿੱਚ। ਅਸੀਂ ਹੁਣ ਇੰਨੇ ਦਿਨ ਹੋ ਗਏ ਸੁਕਾ ਰਹੇ ਹਾਂ, ਨਹੀਂ ਪਾਣੀ, ਇੰਨੀ ਸਮੈਲ ਆ ਰਹੀ, ਅੰਦਰ ਨਹੀਂ ਵੜਿਆ ਜਾ ਰਿਹਾ। ਤੁਸੀਂ ਜਾ ਕੇ ਦੇਖੋ, 2 ਮਿੰਟ, ਬਹੁਤ ਨੁਕਸਾਨ ਹੋਇਆ ਸਾਡਾ। ਜ਼ਿੰਮੇਦਾਰ ਤੋਂ ਅਸੀਂ ਇੰਨੇ ਦਿਨ ਹੋ ਗਏ ਜੀ ਕੰਮ ਕਰਦੇ, ਘਰ ਦੇ ਰੋਜ਼ ਕੱਪੜੇ ਧੋਂਦੇ, ਹੁਣ ਸਾਨੂੰ ਪਾਣੀ ਦੀ ਵੀ ਤੰਗੀ ਹੋ ਰਹੀ ਹੈ। ਪਾਣੀ ਨਹੀਂ ਹੁੰਦਾ, ਹੁਣ ਟੈਂਕਰ ਮੰਗਵਾਇਆ, ਸਾਨੂੰ ਇੰਨਾ ਤਕਲੀਫ ਹੋ ਰਹੀ, ਸਾਨੂੰ ਮੇਰੇ ਤੋਂ ਕੰਮ ਨਹੀਂ ਹੁੰਦਾ, ਮੈਂ ਬਿਮਾਰ ਹੈਗੀ ਹਾਂ। ਮੇਰੇ ਤੋਂ ਹੁੰਦਾ ਬੱਚੇ 2 ਜਣੇ ਆ, ਹੁਣ ਬੇਟਾ, ਇੱਕ ਬੇਟਾ ਇਕੱਲਾ ਨਹੀਂ ਕਰਦਾ, ਬੇਟੀ ਹੁਣ ਇਕੱਲੀ ਕੱਪੜੇ ਧੋ ਰਹੀ ਮੇਰੀ, ਉਹਨੂੰ ਜਾ ਕੇ ਦੇਖੋ, ਇੰਨੇ ਅੰਦਰ ਕਿਤੇ ਜਾ ਬੜੇ ਨਹੀਂ ਜਾ ਰਹੇ, ਇੰਨੀ ਸਮੈਲ ਆ ਰਹੀ, ਪੋਟੀ ਤੱਕ ਅੰਦਰ ਆਈ ਹੋਈ ਸੀ ਸਾਡੇ ਘਰ, ਇੰਨਾ ਗੰਦਾ ਹਾਲ ਹੋਇਆ ਪਿਆ। ਲੋਕਾਂ ਨੂੰ ਪਰੇਸ਼ਾਨ ਦੇਖ ਕੇ ਭਾਜਪਾ ਆਗੂ ਵਿਨੀਤ ਜੋਸ਼ੀ ਵੀ ਮੌਕੇ ਦੇ ਉੱਤੇ ਪਹੁੰਚੇ ਨੇ, ਜਿਹੜੇ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ।
ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਨਗਰ ਕੌਂਸਲ ਦੇ ਕਰਨ ਦਾ ਹੁੰਦਾ ਹੈ ਉਹ ਕੰਮ ਉਹਨਾਂ ਤੋਂ ਕੀਤਾ ਨਹੀਂ ਜਾ ਰਿਹਾ ਅਤੇ ਜੋ ਕੰਮ ਨਹੀਂ ਕਰਨਾ ਹੁੰਦਾ ਉਹ ਕੰਮ ਨਗਰ ਕੌਂਸਲ ਕਰਨ ਲੱਗ ਜਾਂਦੀ ਹੈ। ਖਰੜ ਦੀ ਮਿਊਨਸਪੈਲਿਟੀ ਕਦੀ ਕਿਸੇ ਸਮੱਸਿਆ ਨੂੰ ਜਲਦ ਠੀਕ ਨਹੀਂ ਕਰਦੀ, ਚਾਹੇ ਉਹ ਪਾਣੀ ਦੀ ਪ੍ਰੋਬਲਮ ਹੋਵੇ, ਚਾਹੇ ਉਹ ਸੀਵਰੇਜ ਦੀ ਪ੍ਰੋਬਲਮ ਹੋਵੇ, ਚਾਹੇ ਟੁੱਟੀ ਸੜਕਾਂ ਦੀ ਪ੍ਰੋਬਲਮ ਹੋਵੇ। ਕਿਸੇ ਪ੍ਰੋਬਲਮ ਨੂੰ ਬਾਰ ਬਾਰ ਫੋਲੋਅਪ ਕਰਨ ਦੇ ਬਾਵਜੂਦ ਵੀ ਪੂਰੀ ਨਹੀਂ ਕਰਦੀ। ਆਮ ਜਨਤਾ ਦੀ ਗੱਲ ਛੱਡੋ, ਜਿੱਥੇ ਖੜੀ ਹੈ, ਜੇ ਸਿਆਸੀ ਪਾਰਟੀ ਦੇ ਲੀਡਰ ਵੀ ਫੋਲੋਅਪ ਕਰਦੇ ਤਾਂ ਵੀ ਨਹੀਂ ਕਰਦੀ, ਜਿਹੜੇ ਪਾਰਸ਼ਦ ਹੈ ਉਹਨਾਂ ਦੀ ਗੱਲ ਵੀ ਨਹੀਂ ਸੁਣਦੀ। ਔਰ ਹੈਰਾਨੀ ਦੀ ਗੱਲ ਇਹ ਹੈ, ਇਹ ਦੇਖੋ, ਇਹ ਕੱਲ੍ਹ ਜਿਹੜਾ ਹੈਗਾ ਖਰੜ ਮਿਊਨਸਪੈਲਿਟੀ ਨੇ ਇਸ ਓਮ ਇਨਕਲੇਵ ਦੇ ਵਸਨੀਕਾਂ ਦੇ ਬਿਨਾਂ ਕਹੇ ਇੱਥੇ ਜਿਹੜਾ ਕੰਮ ਸ਼ੁਰੂ ਕੀਤਾ। ਹੁਣ ਜਦ ਇਹ ਕੰਮ ਇੱਥੇ ਪਟਪਟਾ ਹੋ ਗਿਆ, JCB ਲੱਗਿਆ, ਖੱਡੇ ਪੱਟੇ ਗਏ, ਇਹ ਪਾਣੀ ਦੀ ਪਾਈਪ ਦੇਖੋ, ਇੱਕ ਮਿੰਟ ਦੇਖੋ ਧਿਆਨ ਨਾਲ, ਇਹ ਪਾਣੀ ਦੀ ਪਾਈਪ ਹੈ, ਇਹ ਦੇਖੋ ਪਾਣੀ ਦੀ ਪਾਈਪ, ਦੇਖ ਇਹ ਪਾਣੀ ਦੀ ਪਾਈਪ ਹੈ, ਧਿਆਨ ਨਾਲ ਦੇਖੋਗੇ ਇਹ ਲੀਕ ਹੋ ਰਹੀ ਹੈ, ਇਹ ਫਰੈਸ਼ ਵਾਟਰ ਪਾਈਪ ਹੈ। ਕੱਲ੍ਹ JCB ਨੇ ਇਹ ਪਾਈਪ ਵੀ ਤੋੜਤੀ, ਇਹ ਪਾਈਪ ਤੋੜੀ ਅਤੇ ਇਸ ਇਲਾਕੇ ਦੇ ਫਲੈਟਾਂ ਨੂੰ ਪਾਣੀ ਮਿਲਣਾ ਬੰਦ ਹੋ ਗਿਆ, ਫਲੈਟਾਂ ਨੂੰ ਪਾਣੀ ਮਿਲਣਾ ਬੰਦ ਹੋ ਗਿਆ। ਅਤੇ ਬਾਅਦ 'ਚ ਇਹਨਾਂ ਨੇ ਪਾਈਪ ਜੋੜੀ, ਪਾਈਪ ਜੋੜ ਕੇ ਪਾਣੀ ਜਿਹੜਾ ਹੈਗਾ ਰਿਸਟੋਰ ਕੀਤਾ। ਹੁਣ ਅਸੀਂ ਉਹਨਾਂ ਨੂੰ ਪੁੱਛਦੇ ਹਾਂ, ਖਰੜ ਮਿਊਨਸਪੈਲਿਟੀ ਨੂੰ ਪੁੱਛਦੇ ਹਾਂ ਵੀ ਤੁਸੀਂ ਇੱਥੇ ਕੰਮ ਕਿਉਂ ਕਰ ਰਹੇ ਹੋ? ਇਹ ਪਵਨ ਮਨੋਚਾ ਜੀ ਸਾਡੇ ਮੀਤ ਪ੍ਰਧਾਨ ਨੇ ਭਾਜਪਾ ਦੇ, ਇਹਨਾਂ ਨੇ ਗੱਲ ਕੀਤੀ, ਉਹ ਕਹਿੰਦਾ ਮੈਨੂੰ ਪਤਾ ਨਹੀਂ ਕੰਮ ਕੌਣ ਕਰ ਰਿਹਾ। ਦੁੱਖ ਦੀ ਗੱਲ ਇਹ ਹੈ ਕਿ ਜਦ ਅਸੀਂ ਕਹਿੰਦੇ ਹਾਂ ਤਦ ਆਉਂਦੇ ਨਹੀਂ, ਔਰ ਜਦ ਆਏ ਹੈ ਤਾਂ ਇੱਥੇ ਕਿੰਨਾ ਵੱਡਾ ਨੁਕਸਾਨ ਕਰਕੇ ਗਏ। ਫਿਲਹਾਲ ਵਿਨੀਤ ਜੋਸ਼ੀ ਤੇ ਕਲੋਨੀ ਦੇ ਵਾਸੀਆਂ ਨੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਲੋਕ ਚੈਨ ਦੀ ਜ਼ਿੰਦਗੀ ਜਿਉਂ ਸਕਣ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।